विभवन की गर्लफ्रेंड आई घर। गर्लफ्रेंड मतलब गर्लफ्रेंड यार, सहेली भी नहीं कह सकता। खड़ जा खड़ दे खड़। हाँ जी, सत श्री अकाल, स्वागत है अपने एक नवे ब्लॉग च। अज मैं उपर ब्लॉग स्टार्ट किया, क्योंकि सब तो पहला एक गल दसदा उपर ब्लॉग क्या स्टार्ट किया। बहुत वधिया मौसम होया अज, तो ग्रीनरी हैगी है। वैसे इस टाइम नहीं धुप्प होंदी है, पर अज मीह पै के हटे तो मौसम बहुत वधिया। तो अज मैं सोचा मौसम वधिया है, अज प्रैंक किया जाए। प्रैंक किते किता जाए, प्रैंक होगा प्रीत ते। ऑफकोर्स अगर मैं प्रैंक कर रहा तो होगा प्रीत ते। प्रैंक की होगा? प्रैंक होगा यह भी मैं उन्होंने कहूँगा भी अज मेरी गर्लफ्रेंड घर आ रही है। कॉलिंग माई गर्लफ्रेंड होम। गर्लफ्रेंड उमें नहीं, गर्लफ्रेंड सहेली नहीं, जिमें आप कहने भी मुंडा यार दोस्त अपना, ठीक है, जिमें यार बैली उमें यार बैली कुड़ी जी गर्ल तो फ्रेंड उमें सहेली नहीं, सिर्फ दोस्त भी मैं उन्होंने घर लैके आ रहा। तो भी घर आ रही है, वो आप आ रही है, मैं लैके नहीं आ रहा। मैं उन्होंने दसूँगा भी आने वाली है वह। तो प्रैंक मैं जरा छेती कर ला, क्योंकि प्रीत ने जाना कितने, मैं छड़ के आना उन्होंने उरे तक। तो उस तो पहला पहला अगर वो चली गई फिर प्रैंक लेट हो जूगा, फिर मैं एडिटिंग वास्ते औखा हो जूगा, मैं एक तो कम ने उस तो बाद। इसलिए आप करते हूँ प्रैंक नीचे जाके, हो सकता है मम्मी नूं विच ऐड कर लें इस प्रैंक दे, क्योंकि मम्मी मेरे कोल ही खड़े ने। देखते हैं जे होया तो आप मम्मी नूं ऐड कर लाँगे प्रैंक दे, जे ना लुड़ पई फिर ना लुड़ पई। प्रैंक वधिया होना चाहिए बस, ठीक है। तो दो मिनट हूँ उपर घूम के उस तो नीचे आऊँगा मैं, फिर आप व्लॉग स्टार्ट करते हैं, मतलब प्रैंक स्टार्ट करते हैं। बाकी उद तक तुम व्यू देख सकते हो, घंट होया व्यू एन इधरला तो एंडे होया वा। चलो हूँ आप चलते हैं नीचे, फिर अगे प्रैंक स्टार्ट करते हैं। नीचे आ चुका मैं, तो प्रीत जिम्मे मैं थोड़ा कहा भी सैलून भी प्रीत ने सैलून जाना, तो उस तो पहला पहला मतलब आप व्लॉग बना लीए, नहीं तो लेट हो जाएंगे, है ना। प्रीति भी व्लॉग स्टार्ट कर लो उस तो पहला पहला। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਤੁਹਾਡੀ ਆਪਣੀ ਪ੍ਰੀਤ, ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਦਾ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਨੂੰ ਕੋਲਡ ਹੋ ਗਿਆ ਸੀ, ਹੈ ਨਾ, ਅਤੇ ਕੋਲਡ ਹੋਇਆ, ਬਟ ਕੋਲਡ ਤਾਂ ਠੀਕ ਹੋ ਗਿਆ ਥੋੜ੍ਹਾ ਜਿਹਾ, ਬਟ ਮੇਰਾ ਹਲੇ ਬੰਦ ਹੋ ਗਿਆ, ਕੰਨ ਬੰਦ ਹੋ ਗਿਆ, ਨੱਕ ਖੁੱਲ੍ਹ ਗਿਆ, ਕੰਨ ਬੰਦ ਹੋ ਗਿਆ। ਮਤਲਬ ਮੇਰਾ ਬਹੁਤ ਜ਼ਿਆਦਾ ਇਰੀਟੇਸ਼ਨ ਹੋ ਰਹੀ ਹੈ, ਮੇਰੇ ਵਾਲਾ ਕੰਨ ਬੰਦ ਹੋਇਆ ਪਰ ਮੈਨੂੰ ਬਹੁਤ ਗੁੱਸਾ ਵੀ ਆ ਰਿਹਾ, ਬਟ ਮੈਂ ਕਿਸੇ 'ਤੇ ਕੱਢ ਨਹੀਂ ਸਕਦੀ। ਬਸ ਜੇ ਰਾਜਨ ਹੁੰਦਾ ਨਾ ਮੇਰਾ ਬ੍ਰਦਰ, ਫਿਰ ਅਸੀਂ ਦੋਨਾਂ ਨੇ ਲੜ ਪੈਣਾ ਸੀਗਾ, ਹੈ ਨਾ, ਅਤੇ ਬਟ ਹੁਣ ਮੈਂ ਨਹੀਂ ਕੱਢ ਸਕਦੀ ਕਿਸੇ 'ਤੇ ਵੀ, ਅਤੇ ਮੇਰਾ ਕੰਨ ਬਹੁਤ ਇਰੀਟੇਸ਼ਨ ਕਰ ਰਿਹਾ ਮੈਨੂੰ, ਲਿਟਰਲੀ ਇਰੀਟੇਟ ਕਰ ਰਿਹਾ, ਇਰੀਟੇਟ ਜਾਂ ਫਿਰ ਮੈਨੂੰ ਇਰੀਟੇਸ਼ਨ ਹੋ ਰਹੀ ਹੈ, ਜਾਂ ਫਿਰ ਇਰੀਟੇਸ਼ਨ ਹੋ ਰਹੀ ਆ, ਮੇਰੇ ਵਰਡਸ ਤੇ ਨਾ ਜਾਇਆ ਕਰੋ, ਮੇਰੀ ਫੀਲਿੰਗਸ ਤੇ ਜਾਇਆ ਕਰੋ। ਵੈਸੇ ਸੋਹਣੀ ਲੱਗ ਰਹੀ ਆ ਅੱਜ ਸੋਹਣੀ ਲੱਗ ਰਹੀ ਆ ਤੂੰ ਅੱਜ ਸੋਹਣੀ ਲੱਗ ਰਹੀ ਆ ਅੱਗੇ ਨਹੀਂ ਲੱਗਦੀ ਨਹੀਂ ਮਜ਼ਾਕ ਕਰ ਰਹਾ ਜੋਕਿੰਗ ਜਸਟ ਜੋਕਿੰਗ ਥੈਂਕ ਯੂ ਤੇ ਮੈਂ ਲਾਇਸੈਂਸ ਬਣਵਾਉਣਾ ਹੈ ਬਈ ਹਲੇ ਠੀਕ ਹੈ ਲਰਨਿੰਗ ਦਾ ਮਣ ਕੇ ਆ ਗਿਆ ਸੀ ਪੱਕਾ ਲਾਇਸੈਂਸ ਬਣਵਾਉਣਾ ਹੈ ਹਲੇ ਮੈਂ ਯੈਸ ਤੇ ਇੱਕ ਹੋਰ ਗੱਲ ਜਿਹੜੀ ਅੱਜ ਮੇਰੀ ਇੱਕ ਫਰੈਂਡ ਨੇ ਆਣਾ ਘਰੇ ਕਾਫੀ ਦਿਨ ਹੋ ਗਏ ਉਹਨੂੰ ਕਹਿੰਦੀ ਨੂੰ ਵੀ ਹੁਣ ਆਣਾ ਹੈ ਉਹਨੇ ਆਣਾ ਹੈ ਪਰ ਅੱਜ ਆਣਾ ਹੈ ਉਹਨੇ ਫਾਈਨਲੀ ਕਿਹੜੀ ਫਰੈਂਡ ਤੋਂ ਸਕੂਲ ਫਰੈਂਡ ਇੱਕ ਹੈਗੀ ਹੈ ਤੁਸੀਂ ਤਾਂ ਮੈਨੂੰ ਦੱਸਿਆ ਨਹੀਂ ਸਵੇਰ ਦਾ ਫਿਰ ਹੁਣ ਮੈਨੂੰ ਪਤਾ ਹੀ ਮਤਲਬ ਕੀ 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 ਸ਼ੱਕ ਭਰੇ ਨਿਗਾਹ ਨਾਲ ਦੇਖ ਰਹੀ ਹੈ ਮੈਨੂੰ ਇਹ ਨਿਗਾਹ ਮੈਨੂੰ ਬਿਲਕੁਲ ਨਹੀਂ ਪਸੰਦ ਸਿੱਧੀ ਸਾਫ ਗੱਲ ਦੇਖ ਸੀਰੀਅਸਲੀ ਦੱਸੋ ਕੀ ਦੱਸਾਂ ਆ ਫਰੈਂਡ ਨੇ ਆਣਾ ਕਿਸੇ ਨੇ ਕਿਹੜੀ ਫਰੈਂਡ ਗਰਲਫ੍ਰੈਂਡ ਆ ਮਤਲਬ ਤੂੰ ਗਲਤ ਸਮਝ ਗਈ ਗਰਲਫ੍ਰੈਂਡ ਉਵੇਂ ਨਹੀਂ ਮਤਲਬ ਗਰਲ ਅਲੱਗ ਫਰੈਂਡ ਨੇ ਨਹੀਂ ਆਣਾ ਚੁੱਪ ਕਰ ਜਾ ਬੁੱਲੂ ਪ੍ਰੀਤ ਤੂੰ ਮਨਾ ਕਰ ਦੋ ਫੋਨ ਕਰਕੇ ਮੈਂ ਮਨਾ ਕਰਦਾ ਸੁਣ ਤਾਂ ਲੈ ਪਹਿਲਾਂ ਦੇ ਗਰਲ ਅਲੱਗ ਫਰੈਂਡ ਅਲੱਗ ਐਵੇਂ ਵੀ ਕੁੜੀ ਦੋਸਤ ਫੇਰ ਐਵੇਂ ਫੇਰ ਕੀ ਫੇਰ ਹੁਣ ਮੈਂ ਜੰਗਲ ਵਾਲਾ ਮਨਾ ਕਰਦਾ ਇਹਨਾਂ ਨੂੰ ਮਨਾ ਕਰ ਦੋ ਉਹਨਾਂ ਲਈ ਬੰਦ ਕਰੋ ਕਮਰੇ ਸਾਹਮਣੇ ਨਹੀਂ ਗੱਲ ਕਰਦੇ ਤੈਨੂੰ ਪਤਾ ਕਿੰਨੇ ਕੰਮ ਆਈ ਆ ਮੇਰੇ ਕਾਲਜ ਟਾਈਮ ਸਕੂਲ ਟਾਈਮ ਵੀ ਤੇ ਕਾਲਜ ਟਾਈਮ ਵੀ ਸੀਰੀਅਸਲੀ ਹੂੰ ਚੁੱਪ ਕਰਕੇ ਨਾ ਬਾਇਓ ਟਿੱਕੇ ਕੀ ਹੋ ਗਿਆ ਫਰੈਂਡ ਨੇ ਆਣਾ ਮੇਰਾ ਤਾਂ ਕੋਈ ਫਰੈਂਡ ਹੈ ਨਹੀਂ ਕੁੜੀਆਂ ਥੋੜੀ ਫਰੈਂਡ ਹੁੰਦੇ ਨੇ ਕੁੜੀਆਂ ਦੇ ਵੀ ਫਰੈਂਡ ਅੱਜ ਕੱਲ ਸਾਰੇ ਕਹਿੰਦੇ ਨੇ ਨਾ ਅੱਜ ਕੱਲ ਕੁੜੀਆਂ ਮੁੰਡੇ ਬਰਾਬਰ ਹੁੰਦੇ ਆ ਤਾਂ ਜਿੰਨਾ ਹੱਕ ਮੁੰਡਿਆਂ ਦਾ ਫਰੈਂਡਸ ਬਣਾਉਣ ਦਾ ਉਹਨਾਂ ਹੱਕ ਕੁੜੀਆਂ ਦਾ ਵੀ ਆ ਬਟ ਮੇਰਾ ਕੋਈ ਫਰੈਂਡ ਨਹੀਂ ਆ ਨਾ ਮੇਰੀ ਕੋਈ ਫਰੈਂਡ ਆ ਤੇ ਇਸ ਕਰਕੇ ਤੁਸੀਂ ਕੋਈ ਫਰੈਂਡ ਨਹੀਂ ਆਣੀ ਫਿਰ ਜਿੰਨਾ ਹੱਕ ਕੁੜੀਆਂ ਦਾ ਘਰ ਤੇ ਉਹਨਾਂ ਹੱਕ ਮੁੰਡਿਆਂ ਦੇ ਵੀ ਮੇਰੇ ਘਰ ਆਊਗੀ ਮੇਰੇ ਘਰ ਆਊਗੀ ਦੈਟਸ ਇਟ ਨਹੀਂ ਆਣੀ ਆਊਗੀ ਬਾਈ ਸਾਰੇ ਤੂੰ ਮਨਾ ਕਰੋ ਫੋਨ ਕਰਕੇ ਮੈਨੂੰ ਗੁੱਸਾ ਨਾ ਚੜਾਓ ਚੱਲ ਦੇਖ ਲਾਂਗੇ ਕੋਈ ਨਾ ਦੇਖ ਲਾਂਗੇ ਨਹੀਂ ਹੁਣੀ ਕਰੋ ਫੋਨ ਮੇਰੇ ਸਾਹਮਣੇ ਦੇਖ ਲਾਂਗੇ ਕੋਈ ਨਾ ਜੋ ਤੂੰ ਹੁਣੀ ਫੋਨ ਕਰੋ ਮੇਰੇ ਸਾਹਮਣੇ ਮੈਨੂੰ ਬੈਠ ਕੇ ਵਲੌਗ ਬਣਾ ਲੈਣਾ ਥੱਕ ਗਿਆ ਮੈਂ ਜੀ ਵੀ ਵਲੌਗ ਬੰਦ ਕਰਕੇ ਪਹਿਲਾਂ ਫੋਨ ਕਰੋ ਕਿਉਂ ਵੀ ਆਣਾ ਨਹੀਂ ਫਿਰ ਬਾਅਦ ਚ ਵਲੌਗ ਬਣਾਵਾਂਗੇ ਆਪਾਂ ਆਪਣਾ ਕੀ ਵਲੌਗ ਬਣਾਵਾਂਗੇ ਕੁਛ ਵੀ
ਨਹੀਂ ਯਾਰ ਨਾਲੇ ਆਪਣਾ ਇੱਕ ਵਲੌਗ ਬਣ ਜਾਏਗਾ ਇਸੇ ਬਹਾਨੇ ਵੀ ਬਵਨ ਦੀ ਗਰਲਫ੍ਰੈਂਡ ਆਈ ਘਰ ਮਤਲਬ ਗਰਲ ਫਰੈਂਡ ਯਾਰ ਸਹੇਲੀ ਵੀ ਨੀ ਕਹਿ ਸਕਦਾ ਖੜ ਜਾ ਖੜ ਜਾ ਕੁੜੀ ਦੋਸਤ ਕੁੜੀ ਦੋਸਤ ਦੇਖ ਗਰਲ ਫਰੈਂਡ ਕੁੜੀ ਦੋਸਤ ਅਗਲੀ By the way, but please tell me who she Chakku hai? Chakku nahi hai ga. Phir to kon na maar lena main. Sidhi to dasso kon hai Seli? Seli ni friend. Girlfriend keh rahe ho na aisa hai tusi to. Yaar tu samjhi nahi kudi dost. Jadon mainu already bahut irritation ho rahi hai mere kann ho rya. Pata na tonu. Priti kudi dost. Mana karo phone karke. Kaade vaste? Appa jana hai. ਯਾਰ ਉਹ ਤਾਂ ਮੈਂ ਤੈਨੂੰ ਛੱਡਾਂਗਾ ਛੱਡਾਂਗਾ ਨਹੀਂ ਤੁਸੀਂ ਮੇਰੇ ਨਾਲ ਹੀ ਜਾਓਗੇ ਹੁਣ ਇੱਥੇ ਬੈਠੋਗੇ ਉਨੀ ਦੇਰ ਨਹੀਂ ਮੈਂ ਨਹੀਂ ਅੰਦਰ ਸੈਲੂਨ ਜਾਣਾ ਨਹੀਂ ਮੈਂ ਅੰਦਰ ਸੈਲੂਨ ਚ ਕੀ ਕਰਵਾ ਕੁੜੀਆਂ ਦੇਖੀ ਜਾਉਂ ਤੇ ਬੈਠਾ ਮੈਂ ਇੰਨੀਆਂ ਕੁੜੀਆਂ ਵੀ ਨਹੀਂ ਹੋਣਗੀਆਂ ਅੱਛਾ ਮਜ਼ਾਕ ਕਰ ਰਹਾ ਮੈਂ ਕੁੜੀ ਕੋ ਦੇਖੂੰਗਾ ਯਾਰ ਫਿਰ ਸੇਲੀ ਕਹਿ ਰਹੀਆਂ ਜੋ ਵੀ ਹੈ ਮਤਲਬ ਨਹੀਂ ਹੈ ਬੁਲਾਣਾ ਕਰੇਗੀ ਸਾਨੂੰ ਪ੍ਰੀਤ ਚੋਤ ਉਹ ਚੰਗਾ ਥੋੜੀ ਲੱਗਦਾ ਐ ਆਪਾਂ ਕੋਈ ਰਿਸ਼ਤਾ ਆਇਆ ਹੋਵੇ ਸੱਚ ਮੈਂ ਮੇਰਾ ਮੂਡ ਖਰਾਬ ਹੋ ਗਿਆ ਮੈਂ ਬਾਹਰ ਜਾ ਰਹੀ ਆ ਪਹਿਲੇ ਮੇਰੀ ਗੱਲ ਸੁਣੋ ਕੋਈ ਰਿਸ਼ਤਾ ਆਇਆ ਹੋਵੇ ਆਪਾਂ ਨੂੰ ਹੁਣ ਵਰਗਾ ਇਹ ਵੀ ਨਾ ਆਈ ਬਾਈ ਕਹੇ ਜਾ ਲੱਗੂ ਬੰਦ ਕਰ ਦੋ ਇਹਦੇ ਸਾਹਮਣੇ ਨੂੰ ਆਏ ਬੰਦਾ ਬੈਠਾ ਕੋਈ ਉਹਦਾ ਮੈਂ ਐਡਿਟ ਕਰ ਦਾਂਗਾ ਬਾਅਦ ਚ ਜਿਹੜਾ ਵੀ ਗੱਲਾਂ ਹੋਈਆਂ ਨੇ ਫਾਲਤੂ ਮੈਂ ਐਡਿਟ ਕਰ ਦਾਂਗਾ ਇਹਨੂੰ ਬੰਦ ਕਰਕੇ ਫੋਨ ਕਰੋ ਛੇਤੀ ਕਿਹਨੂੰ ਫੋਨ ਕਰਾਂ ਕੁੜੀ ਨੂੰ ਕਾਦੇ ਵਾਸਤੇ ਵੀ ਨਹੀਂ ਜਾਣਾ ਆਣਾ ਆ ਨਹੀਂ ਆਣਾ ਕਿਉਂ ਨਹੀਂ ਆਣਾ ਆਊਗੀ ਅਗਲੀ ਮੇਰੇ ਘਰ ਹੈ ਮੇਰੇ ਘਰ ਆਊਗੀ ਤੇਰੇ ਮੁੱਕੀਆਂ ਮਾਰੂੰਗਾ ਇਹ ਫਾਲਤੂ ਹਰਕਤਾਂ ਕੀਤੀਆਂ ਸਾਬ ਲਾਣੀ ਫਿਰ ਆਪਣਾ ਮੰਮੀ ਨੂੰ ਪਤਾ ਮੰਮੀ ਨੂੰ ਦੱਸਿਆ ਮੰਮੀ ਚਾਹ ਬਣਾ ਰਹੀ ਹੈ ਰੋਟੀ ਰੋਟੀ ਵਧੀਆ ਬਣਾ ਰਹੀ ਹੈ ਮਤਲਬ ਸਬਜ਼ੀ ਇੱਕ ਪ੍ਰੀਤ ਰੋਜ਼ਾ ਲਾ ਦੇ ਮੱਛਰ ਆਊਗਾ ਮੱਛਰ ਨੂੰ ਛਿਪਕਲੀ ਆਜੂਗੀ ਇੱਕ ਛਿਪਕਲੀ ਹੈਗੀ ਅੰਦਰ ਕਮਰੇ ਚ ਉਹ ਰਹਿਣ ਦੇ ਚੁੱਪ ਰਹਿ ਪ੍ਰੀਤ ਟੀਕਾ ਲਾ ਦਿਮਾਗ ਨੂੰ ਖਰਾਬ ਹੈ ਟੀਕਾ ਲਾ ਦੂੰਗੀ ਬੰਦ ਕਰੋ ਜੋਟ ਸਿੱਧੇ ਹੋ ਕੇ ਮੇਰੇ ਨਾਲ ਪਾਰਲਰ ਚਲੋ ਕਿਸੇ ਨਹੀਂ ਆਣਾ ਕਰੇ ਸਮਝ ਗਏ ਗੁੱਸਾ ਨਾ ਚੜਾਓ ਤੇਰੀ ਐਨ ਕਿ ਦਰਵਾਜ਼ਾ ਬੰਦ ਰਹਿ ਕੋਈ ਗੱਲ ਨਹੀਂ ਗੁੱਸਾ ਨਾ ਚੜਾਓ ਮੈਨੂੰ ਜੋਤ ਬੰਦ ਕਰੋ ਨਾਲੇ ਫੋਨ ਬੁਲਾਓ ਤੁਨ ਸਰ ਆਪਾਂ ਸਾਰੇ ਮਿਲਦੇ ਆ ਥੋੜੀ ਦੇਰ ਬਾਅਦ ਕਿਉਂ ਟ੍ਰੇਨ ਆ ਬੰਦ ਪਹਿਲਾਂ ਕਲਿੱਪ ਪਹਿਲਾਂ ਨਹੀਂ ਕਲਿੱਪ ਕਿਉਂ ਬੰਦ ਕਰਾਤੀ ਬੰਦ ਕਰੋ ਜੋਤ ਪਲੀਜ਼ ਯਾਰ ਪ੍ਰੀਤ ਮੁੱਛਾਂ ਹੈ ਵੀ ਨਹੀਂ ਵੈਸੇ ਕਟਾਣ ਕੀ ਅੱਜ ਨਹੀਂ ਜਾਂਦੀ ਮੈਂ ਮੰਮੀ ਤਾਂ ਭੇਜੋ ਤੈਨੂੰ ਦੇਖੀ ਕੀ ਅੱਜ ਜਾਂਦੀ ਨਹੀਂ ਕਰ ਲੋ ਜੋ ਕਰ ਜਾਣਾ ਤੂੰ ਤਾਂ ਕੀ ਚੱਕਰ ਜਾਂਦੀ ਨਹੀਂ ਮੈਂ ਆ ਬੈਠੀ ਬੰਦ ਵਲੌਗ ਬੰਦ ਕਰੋ ਜੋ ਤੂੰ ਵੀ ਸੀਰੀਅਸ ਹੋ ਜੋ
अच्छा ठीक है आजा चक ला फोन आजा चक ला देख ना कोई घरे आ रहा ना कोई फिर किसी का फोन आ रहा नहीं आ रहा सच्ची नहीं आ रहा कोई और तो अगे था कैनी दूर भी खड़ी है हाँ नहीं आ रहा कोई करे सच्चे 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 नहीं आ रहा कोई करे सच्ची उल्टा बोल गया सी सच्ची नहीं आ रहा कोई करे यार तू जाना नहीं फिर अज चल ठीक है फाइनली यार जाना है ना जाना ठीक है कोई नहीं आ रहा करे मैं प्रैंक कर रहा सी तेरे नाल अपना प्लान कैंसिल करके बैठ गई सी वाह यार जोत की है यार चीनी का कट्टा लैन गया गुड़ मंडी बोलन मुंडे गया ਪ੍ਰੈਂਕ ਚਿਕ ਪਾਵਰ ਹੁੰਦੀ ਆ ਪਤਾ ਲੱਗਦਾ ਕਿ ਪ੍ਰੀਤ ਨੇ ਕਰਿਆ ਇਹ ਪ੍ਰੈਂਕ ਬਟ ਬਵਨ ਦੇ ਪ੍ਰੈਂਕ ਐ ਹੁੰਦੇ ਨੇ ਕਿ 2 ਰੁਪਏ ਵਾਲੇ ਸਸਤੇ ਦੇ ਪ੍ਰੈਂਕ 2 ਰੁਪਏ ਵਾਲੇ ਸਸਤੇ ਮੈਂ ਦੱਸਦਾ ਕਿਉਂ ਹੁੰਦੇ ਨੇ ਕਿਉਂਕਿ ਮੈਨੂੰ ਪਸੰਦ ਨਹੀਂ ਵੀ ਮੈਂ ਇਹ ਜਿਹਾ ਪ੍ਰੈਂਕ ਕਰਾਂ ਜਿਹ ਚ ਪ੍ਰੀਤ ਰੋਵੇ ਜਾਂ ਫਿਰ ਮੈਂ ਇਹ ਜਿਹਾ ਪ੍ਰੈਂਕ ਕਰਾਂ ਜਿਹ ਚ ਪ੍ਰੀਤ ਕੁਝ ਜ਼ਿਆਦਾ ਹੀ ਓਵਰ ਹੋ ਜੇ ਮੈਨੂੰ ਨਹੀਂ ਪਤਾ ਲੱਗਦੇ ਤਾਂ ਮੈਂ ਇਹ ਜਿਹਾ ਪ੍ਰੈਂਕ ਨਹੀਂ ਕਰਦਾ ਠੀਕ ਆ ਮੈਂ ਸਿਰਫ ਸੌਫਟ ਸੌਫਟ ਪਿਆਰੇ ਪਿਆਰੇ ਜਿਹੇ ਪ੍ਰੈਂਕ ਕਰਦਾ ਨਾ ਵੀ ਯਾਰ ਤੁਹਾਨੂੰ ਵੀ ਮਜ਼ਾ ਆ ਜੇ ਸਾਨੂੰ ਵੀ ਥੋੜਾ ਬਹੁਤਾ ਐਂਟਰਟੇਨ ਹੋ ਜੀ ਅਸੀਂ ਵੀ ਆਪਣੇ ਆਪ 'ਚ ਕਿਉਂਕਿ ਲੋਕਡਾਊਨ ਚੱਲ ਰਿਹਾ ਅਸੀਂ ਆਪੇ ਐਂਟਰਟੇਨ ਹੋ ਜਾਂਦੇ ਹਾਂ ਜਿਵੇਂ ਤੁਸੀਂ ਸਾਨੂੰ ਦੇਖਦੇ ਹੋ ਐਂਟਰਟੇਨਿੰਗ ਵਾਸਤੇ ਅਸੀਂ ਆਪੇ ਐਂਟਰਟੇਨ ਹੋ ਜਾਂਦੇ ਹਾਂ ਫਿਰ ਲੋਕਡਾਊਨ ਚੱਲ ਰਿਹਾ ਮਤਲਬ ਲੋਕਡਾਊਨ ਵਾਂਗੂ ਹੀ ਆਪਣੇ ਵਾਸਤੇ ਤਾਂ ਸਹੀ ਗੱਲ ਆ ਹਨਾ ਸਾਡੇ ਲਈ ਤਾਂ ਲੋਕਡਾਊਨ ਹੈਗਾ ਨਾ ਹੈਗੀ ਸਾਡੇ ਵਾਸਤੇ ਬਰਾਬਰ ਆ ਯਾਰ ਚਲੋ ਬਸ ਹੁਣ ਬਸ ਮਿਲਦੇ ਹਾਂ ਸੋਣਾ ਨਹੀਂ ਸੀਗਾ ਮਿਲਦੇ ਹਾਂ रिव्यू मैं दे दूंगी।